सत श्री अकाल जी, हॉट न्यूज इंडिया टीवी देख रहे सारे दर्शकों का स्वागत है जी। मैं आप अपना गौरव दोस्तों तुम देख सकते हो इस तरीके पुलिस प्रशासन वालों जेडे की गाने जेडे की उची उची चलाए जा रहे थे इतने उत्थे मौके ते ही आदित्य साहब आई पी एस आदित्य जेडे पहुंचे ने उन्होंने वालों इतने जेडे मौके ते जो जिस तरीके नाल हुल्लड़बाज जेडे इत्थे तुसी देख सकते हो कि लगातार जिहड़ियां इस तरीके दियां पी बी आर मॉल दे बाहर दियां इह तस्वीरां तुहानू दिखा रहे हैं जिथे कि मौके ते आदित्य जी पहुंचे हुए ने। सनी भाजी सो दोस्तों थानू दस दिए लो जी दोस्तों बड़ी बड़ी खबर दे नाल हाजिर होए हैं। इस टाइम थानू दस दिए कि इस जिहड़ा ट्रैक्टर सवार है इहदी ਚਾਬੀ ਫੜਾ ਹੁਣ ਚਾਬੀ ਨੂੰ ਫੜਾ ਕੇ ਨਹੀਂ ਫੜਾ ਕਦੋਂ ਕੁਛ ਸਾਨੂੰ ਦੱਸ ਦਈਏ ਕਿ ਇਸ ਟਾਈਮ ਆਦਿੱਤਿਆ ਜੀ ਵੱਲੋਂ ਵੀ ਜਿਹੜੀ ਕਿ ਅਰੈਸਟਿੰਗ ਦੇ ਜਿਹੜੇ ਆਰਡਰ ਕਰ ਦਿੱਤੇ ਗਏ ਨੇ। ਇੱਕ ਮਿੰਟ ਭਾਈ ਸੋ ਦੋਸਤੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਭਾਰੀ ਪੁਲਿਸ ਬਲ ਲਗਾਤਾਰ ਜਿਹੜੇ 200 ਪੁਲਿਸ ਜਿਹੜੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਮੁਲਾਜ਼ਮ ਜਿਹੜੇ ਸੀਗੇ ਇੱਥੇ ਜਿਹੜੀ ਹੁੱਲੜ ਬਾਜੀ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਸੀਗੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਪੀ ਵੀ ਆਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। लगातार इस तरीके नाल काफी देर तो जिहड़ा इन्हां वल्लों जिहड़े कि सानू लोकी जनरल लोक उन्हां नूं कहिंदे नहीं तुहानूं कोई ऑर्डर नहीं उह तां लंघन दा ਹਾਂ ਕੀ ਗੱਲ ਹੋਈ ਸੀ ਭਾਜੀ ਕੋਈ ਨਾ ਸਮਾਟ ਵਾਲੇ ਲੰਘਦੇ ਉੱਤੇ ਉਹਨੂੰ ਕਹਿੰਦੇ ਤੇ ਕਿੰਨੇ ਮੁੰਡੇ ਟਰੈਕਟਰ ਉੱਤੇ ਤੁਹਾਡੇ ਨਾਲ ਜਾਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਹੁੱਲੜਬਾਜੀ ਕਰ ਰਹੇ ਵਿਅਕਤੀਆਂ ਨੂੰ ਔਰ ਚਲੋ ਬਾਕੀ ਸਾਰੇ ਪਿੱਛੇ ਚਲੋ ਆਪਣਾ ਇੰਜੋਏ ਕਰੋ ਜਾ ਕੇ ਚਲੋ ਚਲੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਸ਼ਕਤੀ ਜਿਹੜੀ ਦਿਖਾਈ ਪਈ ਹੈ ਆਲਰੇਡੀ ਅਸੀਂ ਪਹਿਲਾਂ ਵੀ ਅਸੀਂ ਉਲੀਕ ਕਰਤਾ ਹੈਗਾ ਜੀ ਸਰ ਅੰਦਰ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਆਇਆ ਅਸੀਂ ਕੋਈ ਵੀ ਨੌਨਸੈਂਸ ਕਿਸੇ ਵੀ ਤਰੀਕੇ ਦੀ ਨਹੀਂ ਚਲਾਵਾਂਗੇ ਕਿਉਂਕਿ ਬੇਸਿਕਲੀ ਆ ਹੈਗਾ ਕਿ ਆਪਾਂ ਪਬਲਿਕ ਇਵੈਂਟ ਹੈਗਾ ਸ਼ਾਮ ਨੂੰ ਨਹੀਂ ਹੈਗਾ ਸਾਰੇ ਇੰਜੋਏ ਕਰਾਂਗੇ ਬਟ ਅਗਰ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਅਕੋਰਡਿੰਗਲੀ ਵਿਲ ਟੇਕ ਸਰ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਲਿੱਤਾ ਜਾਏਗਾ ਵਿਲ ਰਜਿਸਟਰ ਲੀਗਲ ਐਕਸ਼ਨ ਬਾਈ ਮਾਈਕ ਇਸ ਹਿਸਾਬ ਸੇ ਜੀ ਸਰ ਸੋ ਬੜੀ ਹੀ ਤੁਹਾਨੂੰ ਦੱਸ ਦਈਏ ਕਿ ਦਲੇਰੀ ਨਾਲ ਜਿਹੜੇ ਕਿ ਇਸ ਤਰੀਕੇ ਦੇ ਜਿਹੜੇ ਹੁੱਲੜਬਾਜ਼ ਇਸ ਟਾਈਮ ਜਿਹੜੇ ਇੱਥੇ ਚੱਲ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਆਦਿੱਤਿਆ ਜੀ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਜੇ ਗੱਲ ਕਰੀਏ ਸਿੰਘਮ ਜਲੰਧਰ ਸ਼ਹਿਰ ਦੇ ਇਹਨਾਂ ਨੂੰ ਕਿਹਾ ਜਾਂਦਾ ਹੈ ਜਿਸ ਹਿਸਾਬ ਨਾਲ ਇਹਨਾਂ ਦੇ ਆਰਡਰ ਲੈਣ ਦੇ ਤਰੀਕੇ ਨਾਲ ਗਲਤ ਗੱਲ ਕਰਦੇ ਪਏ ਆ ਸੋ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਸੀਗੀਆਂ ਸੋ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਪੀ ਵੀ ਆਰ ਮਾਰਕੀਟ ਦੇ ਅੰਦਰ ਦਿਖਾ ਰਹੇ ਨੇ ਲਗਾਤਾਰ ਇੱਥੇ ਜਿਹੜੀ ਹੁੱਲੜਬਾਜ਼ੀ ਜਿਹੜੀ ਯੂਥ ਵੱਲੋਂ ਕੀਤੀ ਜਾ ਰਹੀ ਹੈ ਗਾਣੇ ਜਿਹੜੇ ਚਲਾਏ ਜਾ ਰਹੇ ਸੀਗੇ ਗਾਣੇ ਚਲਾਉਣ ਤੋਂ ਬਾਅਦ ਜਿਹੜੇ ਗਾਣੇ ਚਲਾਉਣ ਤੋਂ ਬਾਅਦ ਜਿਹੜੇ ਉਹਨਾਂ ਵੱਲੋਂ ਜਿਹੜੀ ਲਗਾਤਾਰ ਜਿੱਥੇ ਹੁੱਲੜਬਾਜ਼ੀ ਚੱਲ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਇੱਕ ਭਾਰੀ ਬਲ ਦੇ ਨਾਲ ਇੱਥੇ ਤੈਨਾਤ ਹੈ ਉਹਨਾਂ ਵੱਲੋਂ ਜਿਹੜੀ ਲਗਾਤਾਰ ਕਾਰਵਾਈ ਇੱਥੇ ਕੀਤੀ ਜਾ ਰਹੀ ਹੈ ਜਿਹੜਾ ਹੁੱਲੜਬਾਜ਼ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਦੇਖ ਰਿਹਾ ਉਸੇ ਟਾਈਮ ਜਿੱਥੇ ਕਿ ਆਦਿੱਤਿਆ ਜੀ ਵੀ ਮੌਕੇ 'ਤੇ ਪਹੁੰਚੇ ਹੋਏ ਨੇ ਉਹਨਾਂ ਦਾ ਇੰਨਾ ਹੀ ਕਹਿਣਾ ਹੈ ਕਿ ਜੇ ਅਗਰ ਕੋਈ ਹੁੱਲੜਬਾਜ਼ੀ ਕਰਦਾ ਦਿਖਿਆ ਤਾਂ ਮੌਕੇ 'ਤੇ ਉਹਦੇ ਉੱਤੇ ਕਾਰਵਾਈ ਜਿਹੜੀ ਬਣਦੀ ਕਾਰਵਾਈ ਹੈ ਉਸੇ ਟਾਈਮ ਕੀਤੀ ਜਾਏਗੀ। ਤੁਹਾਨੂੰ ਇਸ ਟਾਈਮ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਹੌਟ ਨਿਊਜ਼ ਇੰਡੀਆ ਟੀਵੀ ਉੱਤੇ ਜਿੱਥੇ ਕਿ ਲਗਾਤਾਰ
इस तरीके नाल एक भारी इकट्ठ जिहड़ा कि पीवीआर दे अंदर पीपीआर दे अंदर जिहड़ा होया होया उत्थे ही तुहानूं दस दईए कि मौके ते अरेस्टिंग पै चुकी है उस सो लगातार तुहानूं तस्वीरां दिखा रहे हैं जो हालात ने इत्थे दे जिहड़े कि मौके ते IPS भी इत्थे आदित्य जी भी पहुंचे ने सो उन्हां वल्लों एक भारी कार्रवाई जिहड़ी कि देखण नूं मिली है इत्थे यार माइक भी कुड़ी दे कोल होना गल तां इह मैनूं पहलां दा डा माइक फड़ लैणा आप वो खड़ियां पईआं उत्थे लगातार तुहानूं तस्वीरां दिखा रहे हैं आपां PVR दीआं जिथे कि पिछले साल भी एक भारी जिहड़ा कि हाई वोल्टेज ड्रामा जिथे देखण नूं मिलिया सी अज भी जिहड़ा कि जिहड़ा यूथ आ उह जिहड़े हुल्लड़बाज जिहड़े हुल्लड़बाजी इत्थे कर रहे सीगे लगातार उहनां दे उत्ते नकेल कसण दा कम कर रहे ने लगातार ऐदा दियां तस्वीरां दे नाल हाजिर हो सही गल है लगातार ये तस्वीरें ना तुहानू हालात जिहड़े इत्थे दे दिखा रहे हैं तुहानू दस दईए कि माहौल जिहड़ा जिद्दां जिद्दां 12 वजन दे करीब आ रहा है उसे तरीके नाल जिहड़ा माहौल है जिहड़ा कि इत्थे दा खराब हुंदा नज़र आ रहा कई हुल्लड़बाज जिहड़े कि इत्थे आ के माहौल खराब करन दी कोशिश कीती जा रही है जिथे कि फैमिलीज इत्थे आईआं होईआं ने उत्थे ही पुलिस दा भी इन्नी गल कह देना कि अगर जे फैमिलीज जिहड़ियां इत्थे आईआं ने जे उहनां नाल भी इस तरीके दा माहौल खराब करन दी कोशिश कीती जांदी है ते उन्हां नूं टॉलरेट नहीं कीता जाएगा ते मौके ते ही उन्हां ते पर्चा दर्ज कर दिता जाएगा जिथे कि लगातार पुलिस प्रशासन वालों इन्नी देर तो यह चीज़ बयानां विच कीती गई है उत्थे ही अज देखण नूं भी मिल गया है जिहड़ा कि इन्हां दे वल्लों ਜਿਹੜਾ ਇਹਨਾਂ ਦੇ ਵੱਲੋਂ ਵੱਡੀ ਇੱਕ ਕਾਰਵਾਈ IPS ਦਿੱਤੇ ਵੱਲੋਂ ਜਿਹੜੀ ਕੀਤੀ ਗਈ ਹੈ ਇਸ ਟਾਈਮ ਤੁਹਾਨੂੰ ਦੱਸ ਦਈਏ ਕਿ ਅਸੀਂ ਮੌਕੇ 'ਤੇ PVR ਦੇ ਅੰਦਰ ਮੌਜੂਦ ਹਾਂ ਇੱਥੇ ਦੇ ਹਾਲਾਤ ਜਿਹੜੇ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ 12 ਵਜੇ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਜਿਹੜਾ ਡਾਇਰੈਕਟਰ ਹੈ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਟਾਈਮ ਜਿਹਨੂੰ ਜਿੱਤੇ ਬਹਿ ਕੇ ਉੱਚੀ ਗਾਣੇ ਲਾ ਕੇ ਹੁੱਲੜਬਾਜ਼ੀ ਕੀਤੀ ਜਾ ਰਹੀ ਸੀਗੀ ਸੋ ਇਹਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਇਸ ਟਾਈਮ ਕਰ ਲਿਆ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸ ਦਈਏ ਇਸ ਤਰੀਕੇ ਦਾ ਬਿਹੇਵੀਅਰ ਜਿਹੜਾ ਲਗਾਤਾਰ ਇੱਥੇ ਕੀਤਾ ਜਾ ਰਿਹਾ ਹੈ ਉਹ ਨਹੀਂ ਟੋਲਰੇਟ ਕੀਤਾ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ 'ਤੇ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ 'ਤੇ ਮੌਜੂਦ ਹੈ ਉਹਦੇ ਵੱਲੋਂ ਭਾਰੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਇਸ ਏਰੀਏ ਦੀ ਭੀੜ ਜਿਹੜੀ ਵੱਧਦੀ ਜਾ ਰਹੀ ਸੀਗੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗਸ਼ਤ ਜਿਹੜੀ ਲਗਾਤਾਰ ਵਧਾ ਦਿੱਤੀ ਗਈ ਹੈ ਲੋਕ ਜਿਹੜੇ ਇਸ ਟਾਈਮ ਮੌਕੇ 'ਤੇ ਮੌਜੂਦ ਨੇ ਜਿਹੜੇ ਕਿ ਤੁਹਾਨੂੰ ਦੱਸ ਦਈਏ ਚੰਦ ਪਲ ਰਹਿ ਗਏ ਨੇ 2023 ਜਿਹੜੇ ਉਹਦੇ ਆਗਮਨ ਦੇ ਅੰਦਰ 23 ਨੂੰ ਲਗਾਤਾਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਹਾਲਾਤ ਨੇ ਲੋਕ ਜ਼ਿਆਦਾਤਰ ਵੱਧ ਰਹੇ ਨੇ ਫੈਮਿਲੀਜ਼ ਨਾਲ ਆ ਰਹੇ ਨੇ ਫੈਮਿਲੀਜ਼ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਈ ਆਪਣੇ ਮਾਂ ਨਾ ਕੋਈ ਪਿਓ ਨਾ
कोई बच्चियां नाल फैमिलीज जिहड़ी आ रही ने लगातार फैमिलीज जिहड़ियां वध रहियां ने उत्थे ही तुहानू इस टाइम जिहड़ियां लाइव तस्वीरां दिखाईआं उहदे विच जिहड़ी हुल्लड़बाजी है उह लगातार जिहड़ी इत्थे जारी कीती गई सी उत्थे काफ़ी देर तो जिहड़ा कम से कम अद्धा पौणा घंटा हो गया सी जिहड़ा कि इहनां वल्लों गाने लगा के जिहड़े कि चलाए जा रहे सीगे उत्थे ही मौके ते आईपीएस आदित्य वल्लों एक वड्डी कारवाई कीती गई किते ना किते जिथे मैनेजमेंट वालों जी कि एक जो गल की जाए कि जी तैयारियां कीतियां गई सी वो कितने नाकाम होंगे नजर आई ने जिथे देखा जा सकता है कि पीपीआर मार्केट के अंदर जिहड़े कि लोग इत्थे इकट्ठे हुए सीगे हुण फैमिलीज़ दे नाल आए हुए ने लेकिन उत्थे ही जे हुण गल की जाए जिथे माहौल थोड़ा ठंडा सी हुण भख चुकिया है लोग ज़्यादा तो ज़्यादा इत्थे पहुँच रहे ने लगातार जिहड़ी कि तादाद लोगों की वधदी जा रही है उत्थे ही तुहानूं दस दईए कि थोड़ी देर पहलों ही एक हुल्लड़बाज जिहड़ा ने हुल्लड़गिरी इत्थे चल रही सीगी उहदे उत्ते जिहड़ी कि नकेल कस दित्ती गई है पुलिस प्रशासन वल्लों भी इत्थे 200 मुलाजम जिहड़ा कि इत्थे मौके ते रखे गए ने थानू दस दईए कि पुलिस दा सिद्धी ये गल कह देना कि अगर कोई व्यक्ति जे अगर हुल्लड़गिरी करदा देखदा है जे अगर कोई किसी तरीके की जिहड़ा कि माहौल नूं खराब करन दी कोशिश करन च उसका हथ दिखता है तो उस ते कानूनी कार्रवाई मौके ते ही कर दिती जाएगी। तुसी थोड़ी देर पहले ही देखिया है कि व्यक्ति नूं जिहड़ा कि ट्रैक्टर दे उत्ते जिहड़ा गाने लगा के जिहड़ा काफ़ी लोग जिहड़ा यूथ है उत्थे इकट्ठा हो के डांस कर रहा सी उन्हां ते जिहड़ी बनदी कार्रवाई इन्हां वल्लों करवाई गई मौके ते वड्डी जिहड़ी कार्रवाई इहनूं गिनती करांगे कि आदित्य जी वल्लों जिहड़ी कि मौके ते होई आ। हुण तुहानूं दस दईए कि इस टाइम जिहड़ा माहौल है बैरीकेड्स लगे हुए ने बैरीकेड दे अंदर जिहड़ा कि किसी नूं एंट्रेंस नहीं मिल रही ते जिहड़े बैरीकेड दे इस साइड ने ਉਹਨਾਂ ਨੂੰ ਕਿਸੇ ਵੀ ਵਾਹਨ ਨੂੰ ਜਿਹੜਾ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਇਸ ਕਰਕੇ ਜਿਹੜਾ ਯੂਥ ਹੈ ਜ਼ਿਆਦਾਤਰ ਬਾਹਰ ਹੀ ਹੈ ਥੋੜ੍ਹਾ ਇਸ ਤੋਂ ਥੋੜ੍ਹਾ ਆਊਟ ਹੀ ਖੜ੍ਹਾ ਹੋਇਆ ਜੋ ਇੱਕ ਵੱਡਾ ਕਾਰਨ ਹੈ ਕਿ ਥੋੜ੍ਹਾ ਇਸ ਏਰੀਏ ਦੇ ਅੰਦਰ ਤੁਹਾਨੂੰ ਦਿਖਾ ਦਈਏ ਕਿ ਪੀਪੀਆਰ ਦੇ ਅੰਦਰ ਥੋੜ੍ਹੀ ਸ਼ਾਂਤੀ ਹੈ ਲੇਕਿਨ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜੋ ਬਾਹਰ ਸਾਈਡ ਸੀਗੀ ਲਗਾਤਾਰ ਉੱਥੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਤੁਹਾਨੂੰ ਦਿਖਾਇਆ ਹੈ जो माहौल इस टाइम पीपीआर मार्केट का बनिया सीगा थानू दस दिए कि जिस तरीके नाल पुलिस प्रशासन ने कार्रवाई की है वह सराहनीय है। देखने वाली गल यह है कि लगातार इस तरीके दियां जिहड़ियां घटनावां जिहड़ी कि पिछले साल भी जिहड़ा कि इत्थे हुल्लड़बाजी का जिहड़ा सिलसिला है बहुत जोरां सोरां ते होया उत्थे तुहानूं दस दईए कि इन्हां वल्लों पिछले साल भी जिहड़ी कि इत्थे हुल्लड़बाजां वल्लों शीशे तक भी तोड़े गए लाठीचार्ज भी देखण नूं मिलिया उत्थे ही अज तुहानूं दस दईए कि एक वड्डी कार्रवाई नूं अंजाम दिंदे होए पुलिस प्रशासन ने मौके ते जो कार्रवाई की है उसनू सराहने दिने हैं। लगातार इस तरीके दियां खबरां तुहानू दिखांदे रहांगे। तुसी इस टाइम देखते रहो हॉट न्यूज़ इंडिया टीवी।